ਜਸ ਯਾਰ ਮੈਨੂੰ ਤਾਲੀ ਗੱਲ ਹੈ ਰਹਿਣ ਦੇ ਯਾਰ ਮੈਂ ਤੈਨੂੰ ਕੋਈ ਹੋਰ ਐਨ ਆਰ ਆਈ ਕੁੜੀ ਲੱਭ ਦੂੰ ਉਹ ਤੂੰ ਹੌਲੀ ਬੋਲ ਕਿਸੇ ਨੇ ਦੇਖ ਲਿਆ ਪੰਗਾ ਪੈ ਜੂ ਬਸ ਮੇਰੇ ਵਾਂਗੂ ਮੱਝ ਦੀ ਆਵਾਜ਼ ਕੱਢ ਘਰ ਦਾ ਟਾਈਮ ਹੋ ਗਿਆ ਬਾਲਟੀ ਲੈ ਕੇ ਆ ਗਏ ਚੁੱਪ ਕਰਕੇ ਦੁੱਧ ਦੇ ਦੇ ਮੈਂ ਸੋ ਰਿਹਾ ਵੇਰਕਾ ਤਾਂ ਲਿਆਂਦਾ ਨਾ ਮੇਰੀ ਇਹ ਧੀ ਨਾ ਲੱਕੀ ਡੌਲ ਹੈ ਇਹਨੂੰ ਗੌਰ ਨਾ ਵੇਖੋ ਡੌਲ ਨਹੀਂ ਡੌਲਫਿਨ ਹੈ ਇਹਨੂੰ ਨੱਕ ਤੇ ਰੱਖ ਕੇ ਫੁੱਟਬਾਲ ਘਮਾਉਣਾ ਸਿਖਾਓ ਇਹਦਾ ਤਾਂ ਸ਼ੋਅ ਬੜਾ ਚੱਲੇਗਾ ਚੱਕਰ ਚੱਲਦਾ ਮੇਰਾ ਕਿਤੇ ਕੀ ਕਿਹਾ ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਆਉਣੇ ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ ਸਾਲੀ ਗੰਦੀ ਔਲਾਦ ਨਾ ਮੈਂ ਜ਼ਰਾ ਸਵਾਦ ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਹਰੇ ਹੁਣ ਐਂ ਕੀਤਾ ਪਿੱਟ ਪਿੱਛੇ ਕਰਾਂ ਸਾਲੇ ਡਮਰੂਆ ਜਿਹੜਾ ਪਿੱਛੇ ਵਜਾਉਣਾ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਹੈ ਤਾਂ ਫਿਰ ਚੁੱਪ ਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾ ਹੁਣ ਤਾਂ ਬਸ ਇਹ ਦੇਖਣਾ ਹੈ ਕਿ ਕਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਬਣਾਇਆ ਜਾਵੇ ਕਾਕਾ ਜੀ ਦੀਆਂ ਹੌਬੀਜ਼ ਕੀ ਨੇ ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਾਹਿਬ ਤੇਰੇ ਡੈਡੀ ਆ ਤੇ ਢਿੱਲੋਂ ਸਾਹਿਬ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ ਖੜ ਜਾ ਖੜ ਜਾ ਮੀਤ ਮੇਰੇ ਡੈਡੀ ਢਿੱਲੋਂ ਸਾਹਿਬ ਕਿਹਦੇ ਘਰ ਵਾਲੀ ਯਾਰ ਕਿੰਨੀ ਦੇਰ ਆ ਕੰਮ ਚੱਲੂ ਬਈ ਜਿੰਨੀ ਦੇਰ ਹੁਣ ਚੱਲੂਗਾ ਚਲਾਉਣਾ ਹੀ ਪੈਣਾ ਵਾ ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ ਹੁਣ ਖੜੇ ਪੈਰੀ ਲੈ ਕੇ ਕਿਵੇਂ ਨਿਕਲ ਜਾ ਥੱਲੇ ਬੈਠ ਲੈ ਹੁਣ ਬੈਠੇ ਪੈਰੀ ਹੋ ਗਿਆ ਹੁਣ ਨਿਕਲ ਢਿੱਲੋਂ ਸਾਹਿਬ ਅੱਜ ਬਿੱਲੂ ਕੱਲਾ ਨਹੀਂ ਇੱਕ ਧੀ ਦਾ ਬਾਪ ਵੀ ਆਇਆ ਬੁਲਾਓ ਫਿਰ ਉਹਨਾਂ ਨੂੰ ਧੀ ਦਾ ਬਾਪ ਮੈਂ ਹੀ ਹੈ ਸਰ ਤੇਰੇ ਪਤੀ ਦੀ ਲੱਤਾਂ ਨਿਯਮਿਤ ਤੇਰਾ ਪਤੀ ਲੈਗ ਆਊਟ ਹੋ ਗਿਆ ਤੁਸੀਂ ਕੀ ਕਹਿ ਰਹੇ ਹੋ ਜਸ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੇਰੇ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਵਟਿਆ ਤੇ ਐ ਚੱਲਦਾ ਗਾਣੇ ਚੱਕ ਮੈਂ ਜੇ ਲਾ ਕੇ ਬਾਹਾਂ ਵਿੱਚ ਬਾਹਾਂ ਪਾ ਕੇ ਆ ਜਾ ਭੰਗੜਾ ਪਾ ਲਈਏ ਹੋਏ ਗਾਣੇ ਚੱਕ ਮੈਂ ਜੇ ਲਾ ਕੇ ਬਾਹਾਂ ਵਿੱਚ ਬਾਹਾਂ ਪਾ ਕੇ ਆ ਜਾ ਭੰਗੜਾ ਪਾ ਲਈਏ ਮੈਂ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹਿਆ ਹੋਇਆ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ ਏਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ ਸਾਡੀ ਤਾਂ ਬੇਟੀ ਖੜੀ ਹੈ ਨਾ ਜੀ ਬਹਿ ਜਾਤੀ ਹੈ ਹੁਣ ਲੱਗਦਾ ਮੈਂ ਵਿਆਹਿਆ ਹੋਇਆ